ਕੈਨੇਡਾ ਜਾ ਸਕਦਾ ਆ ਹੁਣ ਤੇਰੀ ਲੈਂਗੁਏਜ ਦੇ ਹਿਸਾਬ ਨਾਲ ਤਾਂ ਇਹ ਸਿੱਟਣੀਆਂ ਹੁੰਦੀਆਂ ਰੱਖ ਦਿੰਨਾ ਨਹੀਂ ਹੁੰਦਾ ਜਿੰਨੀ ਭੈੜੀ ਪੰਜਾਬੀ ਤੇ ਇੰਗਲਿਸ਼ ਬੋਲੂਗਾ ਉਹ ਬੰਦਾ ਕੈਨੇਡੀ ਜ਼ਿੰਦਗੀ ਚ ਅਗਰ ਕਾਮਯਾਬ ਹੋਣਾ ਨਾ ਮੇਰੇ ਬਾਰੇ ਕੁਛ ਕਿਹਾ ਤੂੰ ਦੇਖੀ ਜ਼ਿੰਦਗੀ ਚ ਅਗਰ ਕੀ ਹੋ ਗਿਆ ਸੀ ਗਰਲਸ वेलकम बैक टू डू ब्रो चैनल ब्लॉग आप स्टार्ट कर रहे हैं ठीक है नवी सवेर के नाल छुट्टी हैगी यार फ्री माइंड एनक आप कड़ ली हैं गड्डी बह के जड़े जड़े काम होए तुसी साडे नाल नाल क्यों श्रीमे ओके रिपोर्ट ओके जमा आने फिर एनक ला रही कालियाँ तो गड्डी चक ली आप अपनी हम आप जावे ये लॉक ला दिए पुरानी पिछली वाली गड्डी थोड़ा काम चलिया किस चलिया आप दीवा है ना दीवा मतलब जो है दीवा सब नू पता दीवा दुबई इलेक्ट्रिसिटी वाटर है ना है जा कुछ सारा कुछ अथॉरिटी तो उत्थे अपने एक दो काम या कुछ कैंसलेशन करवानी है अपने फिर बंदा किथे जावे यार अज देखदे आ चल फिर मिलदे आपां बाहरला माहौल वधिया हवा चलदी आ मौसम भी वधिया पता सलीम की है ओ ओ इनो केंदा कैमरा ये मारदा फ्लैश जिद्दने फ्लैश मारदा उदन 7-800 ग्राम 400 ਤਾਂ ਕਿਤੇ ਗਿਆ ਨਹੀਂ ਨਾ ਨਹੀਂ ਫ੍ਲੈਸ਼ ਤਾਂ 700 ਦੀ ਵੱਜਦੀ 400-700 ਤਾਂ ਕਿਤੇ ਗਿਆ ਨਹੀਂ ਨਾ ਡਾਕਟਰ ਹਾਂ ਡਾਕਟਰ ਨਹੀਂ ਚਾਹਤੇ ਜ਼ਿੰਦਗੀ 'ਚ ਅਗਰ ਕਾਮਯਾਬ ਹੋਣਾ ਨਾ ਮੇਰੇ ਬਾਰੇ ਕੁਛ ਕਿਹਾ ਤੂੰ ਦੇਖੀ ਜ਼ਿੰਦਗੀ 'ਚ ਅਗਰ ਕਾਮਯਾਬ ਹੋਣਾ ਛੋਟੇ ਭਰਾਵਾਂ ਤੇ ਕਦੇ ਭਰੋਸਾ ਨਹੀਂ ਕਰਦਾ ਆਈ ਕੁਛ ਕਹਿ ਜਾ ਛੋਟੇ ਇਹਨਾਂ ਨੂੰ ਤੁਸੀਂ ਨਾਲ ਠੀਕ ਆ ਗੱਲ ਪੱਲੇ ਬਹਿ ਗਈ ਉਹ ਨਹੀਂ ਉਹ ਦੇਖ ਯਾਰ ਉਹ ਪਾਕਿਸਤਾਨੀ ਸੀਗਾ ਕਹਿੰਦਾ ਮੈਂ ਤੈਨੂੰ ਗੱਲ ਦੱਸਾਂ ਪਾਕਿਸਤਾਨੀ ਜਿਹੜਾ ਡਰਾਮਾ ਹੈ ਉਹ ਇੱਕ ਪ੍ਰੋਗਰਾਮ ਚੱਲਦਾ 4-5 ਜਾਣੇ ਬਹਿ ਕੇ ਪ੍ਰੋਗਰਾਮ ਕਰਦੇ ਨੇ ਉਹ ਕਹਿੰਦਾ ਯਾਰ ਮੇਰਾ ਤੈਨੂੰ ਮੇਰੀ ਗੱਲ ਮੰਨੇਗਾ ਕਹਿੰਦਾ ਹਾਂ ਦੇਖ ਲੜ ਬਣ ਲਾ ਬੇਬੇ ਬਾਪੂ ਦਾ ਵਸਾ ਨਹੀਂ ਕਰਨਾ ਕਹਿੰਦਾ ਉਹਨਾਂ ਬੇਬੇ ਬਾਪੂ ਦਾ ਵਸਾ ਨਹੀਂ ਕਰਨਾ ਉਹਨਾਂ ਦੇ ਮਗਰ ਨਹੀਂ ਲੱਗਣਾ ਕਹਿੰਦਾ ਕੱਲ ਪਰਸੀ ਕਹਿੰਦਾ ਸੀ ਉਹ ਇਹਨੂੰ ਦੇਖਣ ਵਾਲੇ ਆਏ ਕਹਿੰਦਾ ਆਪ ਤਾਂ ਨਾ ਕਰਕੇ ਕਹਿੰਦਾ ਆਰਾਮ ਦਾ ਹੋਵੇ ਜੇ ਕਿਤੇ ਹੋਰ ਵੀ ਹੋਣ ਦੇਣਾ ਕਹਿੰਦਾ ਕੁੜੀ ਦਾ ਭਰਾ ਉੱਠ ਕੇ ਕਹਿੰਦਾ ਸਾਡੇ ਵੱਲੋਂ ਤਾਂ ਨਾ ਜੀ ਲੇਕਿਨ ਮੈਂ ਤਾਂ ਕਿਤੇ ਹੋਰ ਵੀ ਨਹੀਂ ਹੋਣ ਦਿੰਦਾ ਕਹਿੰਦਾ ਇੰਨੀ ਭੈੜੀ ਬੁੱਥੀ ਲਈ ਬੈਠਾ ਹੈ ਉਹ ਕਦੇ ਕਦੇ ਵਧੀਆ ਟਾਈਮ ਪਾਸ ਕਰ ਜਾਂਦਾ ਯਾਰ ਉਹ ਵੀ ਮਿੱਤਰੋ ਦੀਵਾ ਆਫਿਸ ਚ ਆ ਗਏ ਅਸੀਂ ਠੀਕ ਆ ਐਂਟਰਸ ਘੁੰਮ ਕੇ ਦੇਖ ਲੱਭ ਕੇ ਗੇਟ ਗੂਟ ਕਿੱਥੇ ਆ ਦੀਵਾ ਆਫਿਸ ਅਸੀਂ ਆ ਗਏ ਆ ਗੱਲ ਹੈਗੀ ਏਦਾਂ ਬਿਲਡਿੰਗ ਅਸੀਂ ਲੱਭ ਲਈ ਆ ਸਾਹਮਣੇ ਸਾਨੂੰ ਤੇ ਗੇਟ ਨਹੀਂ ਲੱਭ ਰਿਹਾ ਕਿ ਨਹੀਂ ਕਿੱਥੋਂ ਮੈਨੂੰ ਲੱਗਾ ਆਹੀ ਆ ਗਿਆ ਛੋਟੇ ਆਹੀ ਆ ਇੱਥੇ ਹੀ ਲਾ ਆਪਾਂ ਜਾਂਦੇ ਆ ਅੰਦਰ ਉਹ ਦੇਖੋ ਓਪਨ ਵੀ ਆ ਬਾਹਰ ਗੱਡੀ ਲਾ ਕੇ ਆਪਾਂ ਅੰਦਰ ਜਾਂਦੇ ਆ ਤੇ ਹੁਣ ਅੰਦਰ ਜਾ ਕੇ ਮਿਲਦੇ ਗਿਲਦੇ ਆ ਕੀ ਗੱਲ ਬਣਦੀ ਆ ਕਿਉਂ ਨਹੀਂ ਕੈਂਸਲ ਹੋ ਰਿਹਾ ਫਿਰ ਅਪਡੇਟ ਦਿੰਦੇ ਹਾਂ ਤੁਹਾਨੂੰ ਅਕੋਰਡਿੰਗਲੀ ਕਿਉਂਕਿ ਤੁਹਾਡੇ ਜਿਹੜੇ ਕੰਮ ਖੜੇ ਆ ਉਹ ਪੂਰੇ ਹੋ ਜਾਣਗੇ ਭੇਜਿਆ ਵੀ ਤੂੰ ਜਾ ਕੇ ਸਿਕਿਉਰਟੀ ਨੂੰ ਪੁੱਛਿਆ ਵੀ ਐਂਟਰ ਜਾਂ ਪ੍ਰੋਸੈਸ ਜਾਂ ਕੰਮ ਕਾਰ ਕਿੱਦਾਂ ਫਿਰ ਹੁਣ ਉਹ ਮੈਨੂੰ ਮਾਰੂਗਾ ਆਵਾਜ਼
बोलूगा जवाब देगा यार भाई। हाँ ਜਿੰਨੀ ਤੂੰ ਭੈੜੀ ਹਿੰਦੀ ਦੇ ਮੈਂ ਨਹੀਂ ਜਾਣਾ ਚਾਹੁੰਦਾ ਕਿਤੇ ਵੀ ਮੈਂ ਇੰਡੀਆ ਜਾਣਾ ਚਾਹੁੰਦਾ ਆ ਪੰਜਾਬ ਜਾਣਾ ਚਾਹੁੰਦਾ ਆ ਜਿੰਨੀ ਭੈੜੀ ਪੰਜਾਬੀ ਤੇ ਇੰਗਲਿਸ਼ ਬੋਲੂਗਾ ਉਹ ਬੰਦਾ ਕੈਨੇਡਾ ਕੈਨੇਡਾ ਵਾਲੇ ਏਦਾਂ ਹੀ ਆ ਸਿਸਟਮ ਹਨਾ ਨਾ ਪੰਜਾਬੀ ਚੱਜ ਨਾਲ ਬੋਲਦੇ ਆ ਨਾ ਇੰਗਲਿਸ਼ ਬੇੜਾ ਗਰਕ ਕਰੀ ਬੈਠਦੇ ਆ ਬੇੜਾ ਗਰਕ ਕਰੀ ਜਾਂਦੇ ਆ ਉਹ ਪੜ ਦੂੰਗਾ ਮੈਂ ਨਾ ਜਿੱਦਾਂ ਕਿ ਫਾਲ ਡਾਊਨ ਹੋ ਗਈ ਸੀ ਜਿੱਦਾਂ ਕਿ ਮੈਂ ਡਿੱਗ ਗਿਆ ਸੀਗਾ ਤੁਹਾਨੂੰ ਘਬਰਾਉਣਾ ਨਹੀਂ ਪੈਣਾ ਹੋਣਾ ਹੁਣ ਅੱਗੇ ਅਸੀਂ ਹੁਣ ਚੱਲੇ ਘਰਾਂ ਨੂੰ ਹੁਣ ਚੱਲੀਏ ਫਿਰ ਗੱਲ ਬਣੀ ਨਹੀਂ ਗੱਲ ਬਣੀ ਨਹੀਂ ਮੈਨੂੰ ਗੱਡੀ ਜੀ ਬਿਠਾ ਕੇ ਗੱਡੀ ਜੀ ਆਪਾਂ ਨੂੰ ਵਾਪਸ ਲੈ ਚੱਲਿਆ ਯਾਰ ਚਾਹੇ ਮੰਡੇ ਸਹੀ ਹੁਣ ਮੰਡਾ ਸਹੀ ਮੰਡਾ ਕਿਤੇ ਦੂਰ ਆ ਨਹੀਂ ਪਹਿਲਾਂ ਦੁਆਰਾ ਮੇਲ ਅੱਜ ਫੇਰ ਕਰ ਦੇਣਾ 27ਵੀਂ ਹਾਂ 27ਵੀਂ ਮੇਲ ਫੇਰ ਕਰ ਦੇ ਤੇ ਜਾ ਕੇ ਦਿਖਾਵਾਂਗੇ ਤਾਂ ਸਹੀ ਹਾਂ ਇੰਨੀਆਂ ਮੇਲਾਂ ਕਰਦੇ ਤੁਹਾਡੇ ਵੱਲੋਂ ਕੋਈ ਰਿਪਲਾਈ ਨਹੀਂ ਹੈਗਾ ਬਾਈ ਜੀ ਆਹ ਚੱਕੋ ਤੁਹਾਡਾ ਤਾਮ ਝਾਮ ਹਨਾ ਤੇ ਹੁਣ ਆਪਣਾ ਕੀ ਪਲਾਨ ਆ ਜਵਾਕਾਂ ਨੇ ਸ਼ਾਪਿੰਗ ਕਰਾ ਲਈ ਫਿਰ ਈਦ ਦੀ ਈਦ ਆ ਰਹੀ ਆ ਈਦ ਨੈਕਸਟ ਵੀਕ ਹੋ ਜਾਣੀ ਆ ਉਹਦੀ ਸ਼ਾਪਿੰਗ ਸ਼ੁਪਿੰਗ ਥੋੜੀ ਜਿਹੀ ਕਰਵਾ ਲਈ ਜਵਾਕਾਂ ਨੂੰ ਹਨਾ ਇਦਾਂ ਚੱਲਦਾ ਕੰਮ ਇਹਨੇ ਤੂੰ ਕਰਨੀ ਆ ਹਾਂ ਮੈਂ ਵੀ ਕਰਨੀ ਆ ਹੈਗਾ 5-6 ਜਾਣੇ ਅਸੀਂ ਤੇ ਸ਼ਾਪਿੰਗ ਕਰਾਂਗੇ ਦੱਬ ਮੈਂ ਸ਼ੂ ਲੈ ਲੂੰਗਾ ਚੱਲ ਠੀਕ ਹੋ ਓਕੇ ਬਾਬਾਸ ਤੂੰ ਦੋ ਵਾਰੀ ਕੱਲ ਵੀ ਸ਼ਾਮ ਨੂੰ ਰੈੱਡ ਲਾਈਟ ਚੋਂ ਕੱਢੀ ਆ ਯਾਰ ਮੈਂ ਪਾਗਲ ਆ ਫਲੈਸ਼ ਵੱਜੂਗੀ ਰੈੱਡ ਲਾਈਟ ਚ ਕਾਲ ਮੈਸੇਜ ਵੀ ਆਣੀ ਕਾਲ ਵੀ ਆਣੀ ਸੀ ਮੈਨੂੰ ਹਾਂ ਤੂੰ ਗ੍ਰੀਨ ਵੀ ਹੋ ਹੋਇਆ ਯੈਲੋ ਵੀ ਹੋ ਜਾਂਦੀ ਆ ਯੈਲੋ ਜ਼ਰੂਰ ਕੱਢੀ ਰੈੱਡ ਹੁਣ ਵੀ ਤੂੰ ਇਦਾਂ ਹੀ ਕੱਢੀ ਆ ਬਾਈ ਯੈਲੋ ਤੇ ਨਾ ਕੱਲ ਵੀ ਕੱਢੀ ਨਾ ਰੈੱਡ ਤੇ ਮੈਨੂੰ ਜਦੋਂ ਮੈਸੇਜ ਆਉਣਾ ਸੀ ਕਾਲ ਕਰਕੇ ਉਹਨਾਂ ਨੇ ਬੁਲਾ ਲੈਣਾ ਸੀ ਕਿਹੜੀ ਤੈਨੂੰ ਕਾਲੀ ਇੱਥੇ ਆ ਕੇ ਦੱਸ ਲੈ ਤੈਨੂੰ ਮੈਂ ਦੱਸ ਦਾਂ ਰੈੱਡ ਵਾਲੀ ਨੂੰ ਇਹ ਤੂੰ ਧਿਆਨ ਦੇ ਥੋੜਾ ਜਿਹਾ ਕਲਾਸਾਂ ਕਲੂਸਾਂ ਹੋਰ ਮਤਲਬ ਰੱਖ ਠੀਕ ਆ ਮੈਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਟਿਕਟੋਕ ਆਲਾ ਚਲਾ ਲਿਆ ਕਰੋ ਠੀਕ ਹੈ ਮਿੱਤਰਾਂ ਦੀ ਅੱਜ ਗੱਲ ਹੈਗੀ ਏਦਾਂ ਕੰਮ ਸਾਡਾ ਬਣਿਆ ਨੀ ਜਾ ਕੇ ਅਸੀਂ ਆ ਗਏ ਹਾਂ ਅਸੀਂ ਲਿਫਟ ਚ ਪਹਿਲਾਂ ਬਣ ਗਏ ਤੇ ਹੁਣ ਨੈਕਸਟ ਸਾਡਾ ਟਾਰਗੇਟ ਹੈਗਾ ਜਵਾਕਾਂ ਨੂੰ ਆਪਾਂ ਲੈ ਕੇ ਜਾਈਏ ਸ਼ੋਪਿੰਗ ਲਈ ਉਹਦਾ ਵਲੌਗ ਐਡ ਕਰਦੇ ਹਾਂ ਠੀਕ ਹੋ ਗਿਆ ਆਹੀ ਐਕਟੀਵਿਟੀ ਅੱਜ ਦੀ ਬਾਬਾਏ ਆਪਾਂ ਚੱਲੇ ਹਾਂ ਸ਼ੋਪਿੰਗ ਕਰਾਉਣ ਈਦ ਦੀ ਈਦ ਸ਼ੋਪਿੰਗ ਈਦ ਹਾਂ ਈਦ ਦੀ ਸ਼ੋਪਿੰਗ ਹੋ ਰਹੀ ਆ ਮਤਲਬ ਫਿਰ ਅਗਲੇ ਹਫ਼ਤੇ ਟਾਈਮ ਨਹੀਂ ਲੱਗਣਾ ਆਪਾਂ ਨੂੰ ਅੱਜ ਵਿਹਲੇ ਹਾਂ ਬੱਚਿਆਂ ਲਿਜਾ ਕੇ ਉਹਨਾਂ ਨੂੰ ਅਤੇ ਜੋ ਕੁਛ ਤੂੰ ਲੈਣਾ ਔਰ ਜੋ ਕੁਛ ਮੈਂ ਲੈਣਾ ਇੱਕ ਅੱਧੀ ਆਈਟਮ ਥੋੜ੍ਹੀ ਜਿਹੀ ਹੈ ਨਾ ਠੀਕ ਕਰ ਲਈਏ ਫਿਰ ਅਗਲੇ ਹਫ਼ਤੇ ਫਿਰ ਦੇਖਾਂਗੇ ਨਾ ਵਿਹਲੇ ਹੋ ਕੇ ਫਾਇਦਾ ਨਹੀਂ ਇੱਕ ਮੇਰਾ ਪਰਫਿਊਮ ਇੱਕ ਤੇਰਾ ਪਰਫਿਊਮ ਇੱਕ ਮੇਰੇ ਸ਼ੂਜ਼ ਇੱਕ ਤੇਰੇ ਸ਼ੂਜ਼ ਇੱਕ ਮੇਰੀ ਡਰੈਸ ਚੱਲ ਠੀਕ ਹੈ ਕੁਛ ਨਹੀਂ ਮਿਲਣਾ ਇਹਨੂੰ ਦੇਖ ਜਾ ਫਿਰ ਓਕੇ ਕਿੱਧਰ ਲੈ ਕੇ ਚੱਲੇ ਹਾਂ ਆਪਾਂ ਇੱਥੇ ਹੀ ਬੈਠੇ ਵਲੌਗ ਬਣਾ ਲਏ ਹਨਾ ਸਾਰਾ ਹੀ ਹਨਾ ਤੁਸੀਂ ਘਰ ਹੀ ਆ ਗੱਡੀਆਂ ਦਾ ਦੂਜਾ ਗੱਡੀ ਆਪਣਾ ਘਰ ਹੀ ਆ ਦੂਜਾ ਹਨਾ ਤੇ ਹੁਣ ਚੱਲੇ ਆਪਾਂ ਜਿਵੇਂ ਤੁਹਾਨੂੰ ਦੱਸਿਆ ਥੋੜ੍ਹੀ ਦੇਰ ਪਹਿਲਾਂ ਸ਼ੋਪਿੰਗ ਦੇ ਇੱਥੇ ਇੱਕ ਛੋਟਾ ਜਿਹਾ ਮਾਲ ਹੈਗਾ ਵਾ ਅਤੇ ਉਸ ਮਤਲਬ ਆਪਸ਼ਨਸ ਹੈ ਮਿਲ ਜਾਂਦੀਆਂ ਇੱਥੇ ਵਧੀਆ ਅਤੇ ਬੱਚਿਆਂ ਨੂੰ ਸਾਰਿਆਂ ਨੂੰ ਸ਼ੋਪਿੰਗ ਇੱਥੇ ਅਤੇ ਜਦੋਂ ਜਦੋਂ ਦਿਖਾਵਾਂਗੇ ਤੁਹਾਨੂੰ ਕੀ ਮਾਹੌਲ ਬਣ ਕਿਉਂ ਸਲੀਮੇ ਬਿਲਕੁਲ ਅਤੇ ਮੇਰਾ ਰੋਜ਼ਾ ਵਾ ਇਹਦਾ ਰੋਜ਼ਾ ਨਹੀਂ ਹੈਗਾ ਅਤੇ ਕੁਛ ਖਾਣਾ ਪੀਣਾ ਹੈ ਨੀਗਾ ਨਾ ਮੈਂ ਇਹਨਾਂ ਨੂੰ ਖਾਣ ਦੇਵਾਂ ਕੁਛ ਅਸੀਂ ਖਾ ਕੇ ਤੁਰਿਆ ਘਰੋਂ ਠੀਕ ਆ ਹੋਰ ਕੁਛ ਅਪਡੇਟ ਚੱਲ ਠੀਕ ਆ ਮੈਂ ਤਾਂ ਕੁਛ ਨਹੀਂ ਲੈਣਾ ਇਹਨਾਂ ਨੇ ਲੈਣਾ ਬਾਏ ਬਾਏ
ਸ਼ਾਪਿੰਗ ਹੁਣ ਦੇਖੀ ਦੜਾ ਦੜਾ ਕਾਰਡ ਸਵੈਪ ਹੋਣੇ ਆ ਫਿਰ ਹੈ ਨਾ ਇਹਨਾਂ ਨੇ ਰਾਜਾ ਨੂੰ ਟਰਾਈ ਇਹ ਕਰਨੀ ਆਪਾਂ ਆਫਰ ਚ ਮਿਲ ਜਾਣਾ ਸਾਰਾ ਕੁਝ ਠੀਕ ਹੈ ਇਹ ਆਫਰ ਚੱਲਦਾ ਹੋਊ ਇਹ ਆਫਰ ਦਾ ਪਤਾ ਨਹੀਂ ਲੱਗਿਆ ਆਪਾਂ ਲਾਸਟ ਟਾਈਮ ਜਿਹੜਾ ਲੈਣ ਦੇ ਉਹ ਬਹੁਤ ਆਫਰ ਹੁੰਦਾ ਹਾਂ ਛੁੱਟੀਆਂ ਐਡੀਡਸ ਵਗੈਰਾ ਸਭ ਆਫਰ ਲੱਗਦੇ ਆ ਆਪਾਂ ਕੋਲ ਟਰਾਈ ਕਰ ਲਾਂਗੇ ਬੱਚਿਆਂ ਨੂੰ ਦਵਾ ਦਿੰਦੇ ਆ ਹਾਂ ਹਾਂ ਜਾ ਪਾ ਟਰਾਈ ਕਰੋ ਜਾ ਦਿਸ ਇਸ ਗੁੱਡ ਇਹ ਵਧੀਆ ਲੱਗ ਰਿਹਾ ਹੈ ਨਾ ਹਾਂ ਵਧੀਆ ਲੱਗ ਰਿਹਾ ਨੋ ਇਸ ਇਹ ਵਧੀਆ ਹੁੰਦਾ ਵਾ ਡਿਜ਼ਾਈਨ ਵੀ ਸੋਹਣਾ ਬਾਕੀ ਤੂੰ ਕੀ ਲੈਣਾ ਹੈ ਨਾ ਸ਼ੂਜ਼ ਹੋ ਗਏ ਓਕੇ ਹੁਣ ਤੂੰ ਕੀ ਪੁਆਇੰਟ ਹੋ ਕੇ ਸਾਡੇ ਨਾਲ ਵਾਕ ਕਰਨਾ ਓਕੇ ਠੀਕ ਹੈ ਆਪਾਂ ਤਾਂ ਐਡੀਡਾਸ ਦੇਖ ਲਈ ਹਾਂ ਇਹਨਾਂ ਨੂੰ ਇੱਥੇ ਦਵਾ ਦੇ ਇਹ ਆਪਾਂ ਤਾਂ ਪਾਉਂਦੇ ਸੀ ਨਾ ਵਾਲੇ ਆਹ ਵਾਲੇ ਆਪਾਂ ਨਹੀਂ ਚੱਲ ਕਿਹੜੇ ਸ਼ੂ ਲਏ ਜਾਂ ਕੀ ਦਿਖਾਈ ਇੱਥੇ ਆ ਕੇ ਚੱਪਲ ਦਿਖਾ ਮੈਂ ਆਹ ਠੀਕ ਹੈ ਪਸੰਦ ਆ ਸਾਈਜ਼ ਚੈੱਕ ਕਰ ਲਓ ਜੀ ਯਾਰ ਦੋਨੇ ਨਾ ਇਹ ਆ ਦਿਖਾ ਤਾ ਦੇ ਇਹ ਦੋਨੇ ਅਲੱਗ ਅਲੱਗ ਚੱਕੀ ਵਰਦਾ ਕਹਿੰਦਾ ਆਹ ਲੈਣੀ ਆ ਤੇਰੇ ਪੈਰਾਂ 'ਚ ਵੀ ਉਹੀ ਪਾਈਆਂ ਹੋਈਆਂ ਹਰ ਵਾਰੀ ਇਹ ਸਪਾਈਡਰਮੈਨ ਦੀਆਂ ਚੱਕ ਲੈਂਦਾ ਸੀ ਕੋਈ ਚਾਰ ਜੋੜੇ ਪਿਆ ਸਪਾਈਡਰਮੈਨ ਵਾਲੇ ਹੈ ਨਾ ਇਹੀ ਲੈਣੇ ਹੁਣ ਤੂੰ ਇੱਥੋਂ ਦੇਖ ਲਾ ਕੁਛ ਇਹ ਵੱਡਾ ਸਾਈਜ਼ ਹੈ ਚੇਂਜ ਕਰ ਲਾ ਇਹ ਸਿੱਟਣੀਆਂ ਹੁੰਦੀਆਂ ਰੱਖ ਦਿੰਦਾ ਨਹੀਂ ਹੁੰਦਾ ਹੋਰ ਕੋਈ ਲੈ ਲਾ ਜਿਹੜੀ ਪਸੰਦ ਆਉਂਦੀ ਚੱਕ ਲਾ ਸਪਾਈਡਰਮੈਨ ਬਹੁਤ ਆ ਤੇਰੇ ਕੋਲ ਹੋਰ ਲੈ ਲਾ ਬੈਟਮੈਨ ਲੈ ਲਾ ਆਹ ਬੈਟਮੈਨ ਸਾਹਮਣੇ ਆ ਹਾਂ ਛੋਟੀ ਚੱਕ ਲਾ ਉੱਪਰ ਇਸ ਵਾਰ ਕੋਈ ਡਿਜ਼ਾਈਨ ਚੇਂਜ ਕਰ ਲਾ ਤੂੰ ਇੱਦਾਂ ਦੀਆਂ ਸਾਰੀਆਂ ਤੇਰੇ ਕੋਲ ਦਿਲਾ ਸਕਦਾ ਮੈਂ ਠੀਕ ਹੈ ਲੈ ਲਾ ਓਕੇ ਪਸੰਦ ਹੈ ਨਹੀਂ ਵਧੀਆ ਨਹੀਂ ਇਹ ਯਾਰ ਇਹ ਨਹੀਂ ਵਧੀਆ ਇਹ ਤੂੰ ਮਾਰ ਵੀ ਸਕਦਾ ਇਹ ਬੁਲਟ ਨਾ ਹੁਣ ਤੂੰ ਡਰੈਸ ਨਹੀਂ ਲੈਣੀ ਉਹ ਲੈ ਲਿਆ ਬਹੁਤ ਚਲ ਠੀਕ ਆ ਆ ਜਾ ਫਿਰ ਉੱਧਰ ਇਹ ਹੁਣ ਇਹਨੇ ਬੁਲਟ ਲੈ ਲਿਆ ਕਹਿੰਦਾ ਮੈਂ ਕਿਸੇ ਨੂੰ ਮਾਰ ਵੀ ਸਕਦਾ ਹੈ ਨਾ ਚਾਚੀ ਕਿੱਥੇ ਚੱਲਾ ਕਿੱਥੇ ਚੱਲਿਆ ਡੈਡਾ ਲੱਭਣ ਡੈਡਾ ਗੁੰਮ ਗਿਆ ਓਏ ਤੁਰੇ ਆ ਜਾ ਹੈਂ ਤੁਰੇ ਆ ਜਾ ਇੰਨੀ ਦੂਰ ਬੈਠਾ ਬਹਿਣਾ ਫਿਰ ਮੈਂ ਜਾਵਾਂ ਤਾਂ ਕਹਿੰਦਾ ਉਰੇ ਆ ਜਾ ਚੱਲ ਠੀਕ ਆ ਕਰਨਾ ਮੇਰੇ ਨਾਲ ਇਹ ਓਪਨ ਨਹੀਂ ਕਰਨੀ ਹਜੇ ਬਿੱਲ ਪੇ ਕਰਨਾ ਇਹਦਾ ਤੈਨੂੰ ਕੋਈ ਕੰਮ ਨਹੀਂ ਹੈਗਾ ਕੋਈ ਹੋਰ ਥੱਕ ਗਿਆ ਮੈਂ ਕਿਉਂ ਔਖਾ ਬੁੜੀਆਂ ਦਾ ਨਾ ਇਹ ਨਹੀਂ ਥੱਕਦੀਆਂ ਇਹ ਨਹੀਂ ਥੱਕਦੀਆਂ ਜਮਾਂ ਹੀ ਤੂੰ ਦੱਸ ਕਿਉਂ ਥੱਕ ਗਿਆ ਤੁਰ ਕੇ ਮੈਨੂੰ ਵੀ ਟੇਬਲ ਲੱਭ ਦੇ ਫਿਰ ਹੁਣ ਲੱਭਦੀ ਮੈਂ ਤੇ ਲੱਤਾਂ ਤੋੜਦੇ ਬਹਿ ਕੇ ਯਾਰ ਮੇਰਾ ਇੰਨਾ ਭਾਰ ਨਹੀਂ ਹੈਗਾ ਨਾਜ਼ੁਕ ਕਲੀਆ ਭਾਰ ਆ ਮੇਰਾ ਚਲੀਏ ਫਿਰ ਆਪਾਂ ਸੀਟ ਮਿਲ ਗਈ ਪਰ ਉਹ ਟਰੋਲੀ ਪਈ ਆ ਸਲੀਮ ਟਰੋਲੀ ਪਈ ਆ ਰੋਈ ਯਾਰ ਰੋਈ ਜਾਂਦੀ ਸੀਗੀ ਬਹੁਤ ਕ੍ਰਾਈਮ ਕੀਤਾ ਉੱਥੇ ਬੱਚਿਆਂ ਨੂੰ ਜਵਾਕਾਂ ਨੂੰ ਰੋਈ ਜਾਂਦੀ ਜੋ ਗਈ ਭਾਜੀ ਹਾਂ ਕਿਵੇਂ ਹਾਲ ਚਾਲ ਹੋਰ ਯਾਰ ਇੰਨਾ ਨਹੀਂ ਤੌਰ ਹੁੰਦਾ ਯਾਰ ਔਖਾ ਆਪਾਂ ਨਹੀਂ ਇੰਨਾ ਬੁੜੀਆਂ ਦਾ ਮਤਲਬ ਰੱਬ ਨੇ ਪਤਾ ਨਹੀਂ ਕਿਹੜੇ ਨੱਕ ਫਰਿੰਟ ਕਰਕੇ ਭੇਜੀਆਂ ਹੈ ਨਹੀਂ ਥੱਕਦੀ ਹੋਰ ਕੀ ਆ ਹੁਣ ਤਾਂ ਚੱਲ ਜਵਾਕਾਂ ਨੇ ਰੌਲਾ ਪਾਇਆ ਬਾਕੀ ਤਾਂ ਹੋ ਗਿਆ ਸੀ ਮੈਂ ਤਾਂ ਥੱਕ ਗਿਆ ਯਾਰ ਨਹੀਂ ਪ੍ਰੋਪਰ ਮੈਂ ਤਾਂ ਥੱਕ ਗਿਆ ਉਹਦਾ ਰੋਜ਼ਾ ਵੀ ਰੱਖਿਆ ਮੇਰਾ ਰੋਜ਼ਾ ਵੀ ਆ ਨਾਲ ਬਰਾਬਰ ਤੁਰਿਆ ਵੀ ਆ
ਤੇ ਹਲੇ ਹੋਰ ਹੋਣੀ ਹੈ ਸ਼ਾਪਿੰਗ, ਹਲੇ ਜਵਾਕਾਂ ਦੀ ਹੋਈ ਆ ਇਕੱਲੀ। ਕੌਣ ਹੋਇਆ ਬਿੱਲ? ਜੇ ਉੱਧਰ ਬਿੱਲ ਹੁੰਦਾ ਮੈਸੇਜ ਇੱਧਰ ਵੱਜਦਾ, ਇੱਥੋਂ ਪਤਾ ਲੱਗ ਜਾਂਦਾ ਬਿੱਲ ਹੋ ਗਿਆ। ਸਲੀਮ ਸ਼ਾਪਿੰਗ ਹੋ ਗਈ ਡਨ, ਥੱਕ ਗਏ ਵਾਲਾ ਹਨਾ, ਹੁਣ ਰੈਸਟ ਨਾ ਕਰ ਲਈਏ ਘਰੇ ਜਾ ਕੇ। ਆਹੀ ਗੱਲ ਆ ਨਾ, ਸ਼ਾਪਿੰਗ ਕਰਕੇ ਜਵਾਕਾਂ ਦਾ ਹੋ ਗਿਆ ਕੰਮ ਪੂਰਾ ਤਰਤੀਬ, ਮਿੰਨੀ ਮਿੰਨੀ ਛੋਏ ਛੋਏ, ਠੀਕ ਆ। ਈਦ ਨੂੰ ਬੱਲੇ ਬੱਲੇ ਓਕੇ, ਮਿਲਦੇ ਹਾਂ ਤੁਹਾਨੂੰ ਫਿਰ ਅਸੀਂ ਨੈਕਸਟ ਵਲੌਗ ਦੇ ਵਿੱਚ। ਉਹ ਬੰਦਾ ਆਇਆ ਲੱਗਦਾ, ਹਾਂ ਬਾਈ ਪੈਸੇ ਦੇ ਦਿਓ, ਉਹ ਦੇ ਦਿਓ, ਲੜਕਾ ਲੈ ਗਿਆ 15 ਦਰਾਮ। ਕਾਰ ਵਾਸ਼ ਇੱਥੇ ਮਤਲਬ ਪਾਰਕਿੰਗਾਂ ਦੇ ਵਿੱਚ ਸਰਵਿਸ ਹੈਗੀ ਆ। ਉਹ ਦੂਜੇ ਨੂੰ ਫੜਾ ਦੇ ਪੈਸੇ, ਉਹ ਲੱਭਦਾ ਫਿਰਦੇ ਨੇ ਵਾਸ਼ ਕੀਤੀ। ਆਹੋ ਓਕੇ ਆ, ਹਾਂ ਤੇ 15 ਦਰਾਂ ਦੀ ਕਾਰ ਵਾਸ਼ ਕਰਾਓ ਆਊਟਸਾਈਡ ਤੋਂ, ਵਧੀਆ ਸੈਟ। ਮਤਲਬ ਇਹ ਹਿਸਾਬ ਆ, ਇੱਥੇ ਲੋਕਾਂ ਕੋਲ ਟਾਈਮ ਹੈ ਨਹੀਂ ਗਾ ਯਾਰ ਘਰੇ ਆਪਦੀਆਂ ਕਾਰਾਂ ਕੂਰਾਂ ਨੂੰ ਸਾਫ਼ ਕਰਨ ਦਾ। ਸ਼ੋਪਿੰਗ ਕਰਨ ਆਉਂਦਾ ਬੰਦਾ, ਜਦੋਂ ਜੋ ਟਾਈਮ ਅੰਦਰ ਸਪੈਂਡ ਕਰਨਾ ਉਹ ਟਾਈਮ 'ਚ ਇਹ ਗੱਡੀ ਸਾਫ਼ ਕਰ ਦਿੰਦੇ ਆ। ਕਿਤੇ 10 ਦਰਾਮ ਲੈਂਦੇ, ਕਿਤੇ ਲੈਂਦੇ ਆ 15, ਇੱਥੇ 15 ਲੈਂਦੇ ਆ। ਕਿਉਂ ਸਲੀਮ? ਹਾਂ ਬਾਈ ਤੇ 5 ਦਰਾਮ ਬੰਦਾ ਊਂ ਟਿੱਪ ਛੱਡ ਦਿੰਦਾ, ਉਹ ਵਿਚਾਰਾ ਭੱਜਿਆ ਫਿਰਦਾ, ਧੋਤੀ ਕਿਸੇ ਹੋਰ ਨੇ, ਪੈਸੇ ਕੋਈ ਹੋਰ ਲੈ ਗਿਆ ਸਾਤੋਂ ਫੜ ਕੇ। ਆਹੋ ਚੱਲ, ਇਹਨਾਂ ਦੀ ਸੈਟਿੰਗ ਹੁੰਦੀ ਆਪ ਵੀ ਇਹਨਾਂ ਨੇ ਅੰਡਰਸਟੈਂਡ ਕਰ ਲਿਆ, ਕਲੀਅਰ ਨਹੀਂ ਆਉਂਦੀ ਪਈ ਕਰਕੇ। ਠੀਕ ਆ, ਹੁਣ ਚੱਲਿਆ ਅਸੀਂ ਘਰਾਂ ਨੂੰ, ਤੁਹਾਡੀ ਬੜੀ ਮਿਹਰਬਾਨੀ, ਤੇ ਲਾਈਕ ਕਰ ਦਿਓ, ਸ਼ੇਅਰ ਤਾਂ ਕਰ, ਕੋਈ ਨਹੀਂ ਕਰਦਾ ਫੋਲੋ ਕਰ, ਮਤਲਬ ਇਕੱਲਾ ਵਿਊ ਹੀ ਦੇਖ ਲਿਓ, ਤੁਸੀਂ ਦੇਖ ਹੀ ਲਿਓ, ਲਾਈਕ ਬਿਨਾ ਕਰਿਓ ਹੈ ਕਿ ਨਹੀਂ, ਹੋਰ ਕੀ। ਹਾਂ ਫੋਲੋ ਕਰ ਲਓ, ਫੋਲੋ। ਥੈਂਕ ਯੂ ਸੋ ਮਚ, ਫਿਰ ਮਿਲਦੇ ਨੈਕਸਟ ਵਲੌਗ ਦੇ ਵਿੱਚ। ਬਾਏ ਬਾਏ।